ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇੱਥੋਂ ਕੈਂਡੀਡੇਟ ਐਲਾਨ ਦਿੱਤਾ ਹੈ, ਕਾਂਗਰਸ ਦੀ ਟਿਕਟ ਨਹੀਂ ਮਿਲਦੀ ਤੁਹਾਨੂੰ, ਫਿਰ ਕੀ ਸੋਚਿਆ, ਕਿੱਧਰ ਜਾਓਗੇ? ਨਹੀਂ ਨਹੀਂ, ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ ਸਾਰੀਆਂ ਕਨਫਿਊਜ਼ਿੰਗ ਹੈ। ਪੁੱਛਿਆ ਸਾਰਿਆਂ ਨੂੰ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ, ਅਤੇ ਦੋ ਦੋ ਹੱਥ ਖੜੇ ਕਰਕੇ 30,000 ਹੱਥ ਇਕੱਠੇ ਖੜੇ ਹੋਏ ਕਿ ਅਸੀਂ ਚਾਹੁੰਦੇ ਹਾਂ ਕਿ ਅਸ਼ਵਨੀ ਸੇਖਰੀ ਚੁਣਾਵ ਬਟਾਲੇ ਤੋਂ ਲੜੇ ਔਰ ਅਸੀਂ ਉਹਨੂੰ ਜਿਤਾਵਾਂਗੇ। ਅੱਜ ਜੰਗ ਲੱਗੀ ਹੈ ਕਿੰਨੀਆਂ ਪਾਰਟੀਆਂ ਨਾਲ, ਅਤੇ ਜੇ ਸਾਡਾ ਮੰਤਰੀ ਹੀ ਆਪਣੀ ਆਪਣਾ ਸਥਾਨ ਛੱਡ ਕੇ ਆਪਣੀ ਕੌਂਸਲ ਛੱਡ ਕੇ ਦੌੜ ਲਏਗਾ ਅਤੇ ਸਾਰੇ ਆਪੋਜੀਸ਼ਨ ਵਾਲੇ ਕਹਿਣਗੇ ਦੇਖੋ ਮੰਤਰੀ ਜੀ ਦੌੜਾਤਾ ਆਪਣੇ ਹਲਕੇ 'ਚ, ਉਹ ਤਾਂ ਉੱਥੇ ਲੜਨਾ ਚਾਹੀਦਾ ਉਹਨਾਂ ਨੂੰ। ਮੈਂ ਕਿੱਥੇ ਤੁਹਾਨੂੰ ਕਿਹਾ, ਮੈਂ ਕਾਂਗਰਸ ਵੱਲੋਂ ਚੋਣ ਲੜਨੀ ਹੈ, ਮੈਂ ਲੜ ਹੀ ਰਿਹਾ। ਜੇ ਕਾਂਗਰਸ ਦੇ ਵੱਲੋਂ ਟਿਕਟ ਨਹੀਂ ਮਿਲਦੀ, ਜੇ ਸੁਣਵਾਈ ਨਹੀਂ ਹੁੰਦੀ ਤੁਹਾਡੀ ਇਸ ਬਾਰੇ, ਉਸ ਤੋਂ ਬਾਅਦ ਤਾਂ ਤੁਹਾਡਾ ਅਗਲਾ ਸਟੈਪ ਕੀ ਹੋ ਸਕਦਾ? ਤੁਹਾਨੂੰ ਕਿੰਨੇ ਕਿਹਾ ਕਾਂਗਰਸ ਵੱਲੋਂ ਟਿਕਟ ਨਹੀਂ ਮਿਲਦੀ? ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਟਿਕਟ ਮਿਲੇ। ਮੇਰੇ ਵਰਗਾ ਛੋਟਾ ਜਿਹਾ ਬੰਦਾ ਜਿਹਦੇ ਕੋਲ ਕੋਈ ਅਹੁਦਾ ਵੀ ਨਹੀਂ ਹੈਗਾ, ਮੇਰੇ ਕੋਲ ਕਾਂਗਰਸ ਪਾਰਟੀ ਦਾ ਅਹੁਦਾ ਕੋਈ ਨਹੀਂ, ਅਤੇ 15,000 ਬੰਦਾ ਅਸੀਂ ਇੱਥੇ ਇਕੱਠਾ ਕਰ ਲਿਆ, ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਅਤੇ ਸਾਰੀ ਬੀਜੇਪੀ ਕੀ ਕੀਤਾ ਮੈਨੂੰ ਤਾਂ ਸਮਝ ਨਹੀਂ ਲੱਗੀ। ਜੇ ਤੁਹਾਨੂੰ ਟਿਕਟ ਮਿਲਦੀ ਹੈ ਤੁਸੀਂ ਜਿੱਤਦੇ ਹੋ, ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਮੁੱਖ ਮੰਤਰੀ ਕਿਹਨੂੰ ਦੇਖਣਾ ਪਸੰਦ ਕਰੋਗੇ? ਇਲੈਕਸ਼ਨ ਤੋਂ ਬਾਅਦ ਹੀ ਦੱਸਾਂਗੇ। ਬਟਾਲਾ ਦੀ ਇਸ ਵਾਰ ਹੌਸ ਦੇ ਟਰਨ ਵਾਲੀ ਹੈ, ਕਾਂਗਰਸ ਨੇ ਆਪਣੇ ਪੱਤੇ ਖੋਲ੍ਹਣੇ ਨੇ। ਅਸ਼ਵਨੀ ਸੇਖੜੀ ਜੀ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਇੱਥੋਂ ਟਿਕਟ ਲਈ, ਅਤੇ ਇਸ ਵੇਲੇ ਅਸ਼ਵਨੀ ਸੇਖੜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸੇਖੜੀ ਸਾਹਿਬ ਕੀ ਲੱਗਦਾ, ਪੱਤੇ ਖੁੱਲ੍ਹਣ ਵਾਲੇ ਨੇ, ਟਿਕਟ ਮਿਲੂਗੀ? ਸਭ ਤੋਂ ਪਹਿਲਾਂ ਤਾਂ ਅਮਨ ਜੀ, ਹੈਪੀ ਲੋਹੜੀ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਅਤੇ ਬਾਹਰ ਰਹਿੰਦੇ ਪੰਜਾਬੀਆਂ ਨੂੰ। ਤੁਹਾਡੇ ਚੈਨਲ ਥਰੂ ਮੈਂ ਹੈਪੀ ਲੋਹੜੀ ਕਹਿੰਦਾ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ, ਔਰ ਮਾਘੀ ਦੀਆਂ ਵਧਾਈਆਂ ਜੀ। ਬਿਲਕੁਲ ਤੁਹਾਨੂੰ ਜੀ। ਹੁਣ ਬਟਾਲਾ ਤਾਂ ਆਲਵੇਜ਼ ਅ ਹੌਟ ਸੀਟ, ਹਰ ਵਾਰ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਟਰਾਈ ਕਰਦੇ ਨੇ ਬਟਾਲਾ ਤੋਂ ਚੁਣਾਵ ਲੜਨ ਲਈ, ਔਰ ਇਸ ਵਾਰ ਵੀ ਕਰ ਰਹੇ ਨੇ। ਕਦੀ 32 ਲੋਕ ਕਰਦੇ ਨੇ, ਕਦੀ 10 ਲੋਕ ਕਰਦੇ ਨੇ, ਕਦੀ 15 ਲੋਕ ਕਰਦੇ ਨੇ। ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਮੇਰੀ ਸੈਲਫਲੈਸ ਜਿਹੜੀ ਸਰਵਿਸ ਹੈ, ਔਰ ਪਾਰਟੀ ਦੇ ਨਾਲ ਜਿਹੜੀ ਮੇਰੀ ਨਿਸ਼ਠਾ ਹੈ, ਔਰ ਜਿਹੜਾ ਹਾਈ ਕਮਾਂਡ ਦੇ ਨਾਲ ਮੇਰਾ ਲੋਇਲਟੀ ਹੈ, ਔਰ ਮੇਰਾ ਜਿਹੜਾ ਕੈਰੀਅਰ ਹੈ ਕਰੀਬ 40 ਸਾਲ ਦਾ ਸਪੋਟਲੈਸ ਜਿਹੜਾ ਕੈਰੀਅਰ ਹੈ, ਉਹਨੂੰ ਦੇਖਦੇ ਹੋਏ ਪਾਰਟੀ ਹਮੇਸ਼ਾ ਮੈਨੂੰ ਲੜਨ ਦਾ ਮੌਕਾ ਦਿੰਦੀ ਹੈ। ਐਰਕੀ ਫਿਰ ਲੜਾਂਗੇ। ਠੀਕ ਹੈ। ਅਸ਼ਵਨੀ ਸੇਖੜੀ ਜੀ, ਇੱਕ ਵਾਰ ਤੁਹਾਡੀ ਨਾਰਾਜ਼ਗੀ ਜ਼ਰੂਰ ਨਜ਼ਰ ਆਈ ਸੀ ਪਾਰਟੀ ਦੇ ਨਾਲ, ਤੁਸੀਂ ਇਹ ਕਿਹਾ ਸੀ ਮੈਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਮੈਂ ਲੋਕਾਂ ਲਈ ਕੰਮ ਕਰਦਾ ਰਿਹਾ, ਲੋਕਾਂ ਦੇ ਮਸਲੇ ਹੱਲ ਕਰਦਾ ਰਿਹਾ, ਪਰ ਪਾਰਟੀ ਨੇ ਮੈਨੂੰ ਨਜ਼ਰ ਅੰਦਾਜ਼ ਕੀਤਾ। ਚਰਚਾਵਾਂ ਤੁਹਾਡੀਆਂ ਛਿੜ ਪਈਆਂ ਜੀ, ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹੋ, ਅਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਣਾ ਸੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਸੀ, ਤੁਹਾਨੂੰ ਕਾਂਗਰਸ ਦੇ ਵਿੱਚੋਂ ਚੇਅਰਮੈਨ ਨਹੀਂ ਮਿਲਦੀ ਹੈ ਐਨ ਮੌਕੇ 'ਤੇ, ਤੁਸੀਂ ਬਿਮਾਰ ਹੋ ਜਾਂਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਕਾਂਗਰਸ ਦਾ ਹਿੱਸਾ ਬਣ ਜਾਂਦੇ ਹੋ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇੱਥੋਂ ਕੈਂਡੀਡੇਟ ਐਲਾਨ ਦਿੱਤਾ ਹੈ, ਕਾਂਗਰਸ ਦੀ ਟਿਕਟ ਨਹੀਂ ਮਿਲਦੀ ਤੁਹਾਨੂੰ, ਫਿਰ ਕੀ ਸੋਚਿਆ, ਕਿੱਧਰ ਜਾਓਗੇ? ਨਹੀਂ ਨਹੀਂ, ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ ਸਾਰੀਆਂ ਕਨਫਿਊਜ਼ਿੰਗ ਹੈ। ਮੈਂ ਤੁਹਾਨੂੰ ਦੱਸਾਂ ਗੱਲ ਕਿ ਜਿਹੜਾ ਐਸੈਟ ਹੁੰਦਾ, ਦੋ ਤਰ੍ਹਾਂ ਦੇ ਲੋਕ ਹੁੰਦੇ ਪਾਰਟੀ 'ਚ, ਜਦੋਂ ਅਸੀਂ ਕਿਸੇ ਵੀ ਪਾਰਟੀ ਦਾ, ਕੁਛ ਲੋਕਾਂ ਨੇ ਪਾਰਟੀ ਨੂੰ ਸਿਰਫ ਬਦਨਾਮ ਹੀ ਕਰਨਾ ਹੁੰਦਾ, ਕੰਮ ਐਸੇ ਕਰਨੇ ਜਿੰਨਾ ਪਾਰਟੀ ਨੂੰ ਧੱਬਾ ਹੀ ਲੱਗੇ, ਪਾਰਟੀ ਦਾ ਨੁਕਸਾਨ, ਬਿਹਤਰੀ ਔਰ ਲੋਕਾਂ ਦੀ ਬਿਹਤਰੀ ਦੀ ਗੱਲ ਕਰਨੀ ਹੁੰਦੀ, ਅਤੇ ਐਸੈਟ ਤੇ ਹਰ ਪਾਰਟੀ ਚਾਹੁੰਦੀ ਹੈ ਕਿ ਮੇਰੇ ਕੋਲ ਐਸੈਟ ਵਧੇ, ਚੰਗੇ ਲੋਕ ਪਾਰਟੀ 'ਚ ਆਉਣ, ਅਤੇ ਇਹਦੇ 'ਚ ਕੋਈ ਹਰਜ ਨਹੀਂ ਹੈ। ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ 4-5 ਪਾਰਟੀਆਂ ਆ ਰਹੀਆਂ ਨੇ ਚੁਣਾਵ 'ਚ, ਹਰ ਪਾਰਟੀ ਬਹੁਤ ਸਾਰੇ ਚੰਗੇ ਚੰਗੇ ਲੋਕਾਂ ਨੂੰ ਕੰਟੈਕਟ ਕਰ ਰਹੇ, ਮੈਨੂੰ ਕਈ ਪਾਰਟੀਆਂ ਨੇ ਕੰਟੈਕਟ ਕੀਤਾ। ਦੈਟ ਡਜ਼ਨਟ ਮੀਨ ਕਿ ਮੈਂ ਕਾਂਗਰਸ ਪਾਰਟੀ ਛੱਡਤੀ, ਮੈਂ ਤਾਂ ਕਾਂਗਰਸ 'ਚ ਆ, ਤਾਂ ਕਾਂਗਰਸ 'ਚ ਹੀ ਰਵਾਂਗਾ। ਔਰ ਪਿਛਲੇ 70 ਸਾਲ ਤੋਂ ਤੁਸੀਂ ਮੇਰੇ ਘਰ ਆਏ ਹੋ, ਇਸ ਵਿਹੜੇ 'ਚ 70 ਸਾਲ ਤੋਂ ਕੋਈ ਦਿਨ ਵੀ ਐਸਾ ਨਹੀਂ ਸੀ, 30 ਸਾਲ ਮੇਰੇ ਫਾਦਰ ਦੇ ਟਾਈਮ ਤੇ 40 ਸਾਲ ਮੈਨੂੰ ਹੋ ਗਏ, ਜਦੋਂ ਕਿਸੇ ਨਾ ਕਿਸੇ ਦੇ ਅਸੀਂ ਕੰਮ ਨਾ ਆਏ, ਕੋਈ ਆਇਆ ਮਾਨ ਸਤਿਕਾਰ ਕੀਤਾ, ਉਹਦਾ ਕੰਮ ਕਰਾਇਆ, ਤੇ ਜੇ ਅਸੀਂ ਪਾਰਟੀ ਨਾਲ ਜੁੜੇ 70 ਸਾਲ ਤੋਂ, ਆਪਣੇ ਘਰ 'ਚ ਰਹਿ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਤੇ ਮੈਂ ਨਹੀਂ ਸਮਝਦਾ ਕਿ ਕਿਸੇ ਨੂੰ ਸਾਡੇ ਤੇ ਸ਼ੱਕ ਕਰਨਾ ਚਾਹੀਦਾ। ਵੀ ਆਰ ਕਾਂਗਰਸਮੈਨ, ਅਸੀਂ ਕਾਂਗਰਸ 'ਚ ਹੀ ਹਾਂ। ਠੀਕ ਹੈ, ਨਹੀਂ ਤੁਹਾਡੇ ਤੋਂ ਸ਼ੱਕ ਨਹੀਂ ਕਰ ਰਹੇ, ਤੁਸੀਂ ਲੋਕਾਂ ਲਈ ਕੰਮ ਕਰਵਾਏ, ਤੁਸੀਂ ਇਹ ਗੱਲ ਆਖ ਰਹੇ ਹੋ, ਕਿਉਂਕਿ ਕਈ ਵਾਰ ਤੁਸੀਂ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪਰ ਹੁਣ ਇੱਕ ਵੱਡਾ ਸਵਾਲ ਹੈ ਕਿ ਇੱਥੇ ਤੁਹਾਡੀਆਂ ਵੀ ਲੱਤਾਂ ਖਿੱਚਣ ਵਾਲੇ ਵੀ ਆਪਣੇ ਹੈਗੇ ਨੇ, ਤ੍ਰਿਪਤਿੰਦਰ ਸਿੰਘ ਬਾਜਵਾ ਦੀ ਗੱਲ ਕਰੀਏ, ਉਹ ਵੀ ਚਾਹੁੰਦੇ ਨੇ ਇੱਥੋਂ ਟਿਕਟ, ਅਤੇ ਇਹ ਵੀ ਚਰਚਾ ਆ ਰਹੀ ਕਿ ਸੁਨੀਲ ਜਾਖੜ ਨੂੰ ਵੀ ਕਾਂਗਰਸ ਹਾਈਕਮਾਨ ਇੱਥੋਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ, ਅਤੇ ਅਜੇ ਦੇ ਵਿੱਚ ਜੇ ਕੋਈ ਹੋਰ ਨਾਮ ਅੱਗੇ ਆ ਜਾਂਦਾ, ਫਿਰ ਸੇਖੜੀ ਸਾਹਿਬ ਨਾਰਾਜ਼ਗੀ ਹੋਊਗੀ ਪਾਰਟੀ ਨਾਲ? ਨਾ, ਦੀ ਕੁਐਸਚਨ ਇਹ, ਇਹ ਮੇਰਾ ਘਰ ਹੈ, ਇਸ ਘਰ 'ਚ ਆਰਾਮ ਨਾਲ ਅਸੀਂ ਰਹਿ ਰਹੇ ਹਾਂ, ਬਟਾਲਾ ਦੇ ਲੋਕ ਮੇਰੇ ਨਾਲ ਖੁਸ਼ ਨੇ। ਤੁਸੀਂ ਦੇਖਿਆ ਪਿੱਛੇ ਪ੍ਰੋਗਰਾਮ ਹੋਇਆ ਇੱਥੇ, ਸਿੱਧੂ ਸਾਹਿਬ ਆਏ, ਔਰ ਸਿੱਧੂ ਸਾਹਿਬ ਆਏ ਤਾਂ 15,000 ਤੋਂ ਵੱਧ ਲੋਕ ਬਟਾਲੇ 'ਤੇ ਇਕੱਠੇ ਹੋਏ, ਔਰ ਸਿੱਧੂ ਸਾਹਿਬ ਨੇ ਜਿਸ ਤਰ੍ਹਾਂ ਪ੍ਰਾਇਮਰੀ ਹੁੰਦੀ ਨਾ ਅਮੈਰੀਕਾ 'ਚ, ਪੁੱਛਿਆ ਸਾਰਿਆਂ ਨੂੰ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ, ਅਤੇ ਦੋ ਦੋ ਹੱਥ ਖੜੇ ਕਰਕੇ 30,000 ਹੱਥ ਇਕੱਠੇ ਖੜੇ ਹੋਏ ਕਿ ਅਸੀਂ ਚਾਹੁੰਦੇ ਹਾਂ ਕਿ ਅਸ਼ਵਨੀ ਸੇਖੜੀ ਚੁਣਾਵ ਬਟਾਲੇ ਤੋਂ ਲੜੇ ਔਰ ਅਸੀਂ ਉਹਨੂੰ ਜਿਤਾਵਾਂਗੇ, ਅਤੇ ਲੋਕ ਚਾਹੁੰਦੇ ਨੇ ਤਾਂ ਮੈਂ ਲੜਾਂਗਾ ਜੀ, ਮੈਂ ਆਪਣੇ ਲੋਕਾਂ ਨੂੰ ਪਿੱਠ ਨਹੀਂ ਦਿਖਾਉਣੀ। ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ,
जिस तरह सनी देओल आया या घुग्गी आया, वोटां लीतियां चले गए, बहुत सारे लोग होर भी आए, मैं किसी का नाम नहीं लेना चाहता, वह नहीं चलना बटाले च। बटाले नूं सेवा की जरूरत है, बटाले की तरक्की और बटाला पिछड़ा इलाका इहनूं अगे वधाउण की जरूरत है। मैं इत्थे दे लोकां नाल जुड़िया और मैं ही इन्हां नाल जुड़िया रहांगा। मैं बड़ी सोहणी गल कीती कि तुसीं पिठ दिखा के नहीं भजोगे इत्थों दे लोकां नूं, पर नवजोत सिंह सिद्धू की गल करिए, फतेह जंग बाजवा लई उन्होंने एक रैली की, एक रैली तुहाडे लई करके गए तो इकट्ठ भी उत्थे वड्डे होए, तो फतेह जंग बाजवा नाराज हो गए, उस तों बाद उन्होंने लग्या कि टिकट नहीं मिलनी, वह बीजेपी भी जाके शामिल हो गए। जे नवजोत सिंह सिद्धू की इन्नी चलती होंगी तो उन्होंने फतेह जंग बाजवा बीजेपी में शामिल ना होंगे, कांग्रेस ना छड़दे। सो तुहानूं लगता है कि नवजोत सिंह सिद्धू की चलूगी तो टिकट तुहानूं मिलेगी? इंडियन नैशनल कांग्रेस मैरिट से फैसला लेंदे, और मैं पंजाब यूनिवर्सिटी का प्रेजिडेंट सीगा जो 19 साल का सीगा, 80-81 मैं चुनाव लड़ गया, प्रेजिडेंट बनया, और हुण 40 साल का मेरा एक्सपीरियंस है, लॉ ग्रेजुएट, पिछले 5 साल मैं चुनाव हार भी गया। 16,000 तो बाद लोग ऐसे ने जिन्हां दा इत्थे सद के घर इज्जत नाल पेंशन लवाई, करीब 27,500 लोगां दे स्मार्ट कार्ड बना के दिते ने, लगभग 40,000 लोग ऐसे ने अज बटाले च जिन्हां नूं पिछले 5 साल जदों मैं चुनाव हार भी गया सी सद के घर उन्हां दे काम करवाए ने। उह जे मैं सेवा च जुड़िया ते पार्टी दे जिहड़े डिसीजन मेकर ने, मैं उन्हां नूं कहांगा कि जरूर ये मैरिट देखन, किसी भी लीडर नूं जिन्हें मेरे तो वध बटाले च काम कीता होवे जां जे मेरे तो वध यू नो पढ़िया लिखिया होवे, मेरे तो वध दर्द करदा होवे बटाले दे लोकां दा, ते जरूर उन्हें मौका देना चाहिए, ते जे मैरिट च मैं आवां ते मैनूं इग्नोर नहीं करना चाहिए, नहीं करना चाहिए। पर मैं तुहाडे ते जानना चाहुंदा कि जिहड़े तुहाडे अपने मंत्री हैगे ने, उह तुहानूं इग्नोर क्यों करदे आए इत्थों दी, की कारण मंनदे हो तुसीं, जदों तुहानूं पता तुसीं इन्ने काम कराए ने, लोकां विच इक चेहरा हैगे हो, तुसीं जाणे पछाणे हैगे हो, फिर भी लत्तां क्यों खिचदे ने? ਤੁਸੀਂ ਜਿਸ ਬਾਜਵਾ ਸਾਹਿਬ ਦੀ ਗੱਲ ਕਰ ਰਹੇ ਹੋ ਤ੍ਰਿਪਤ ਹੋਣਾ ਦੀ, ਦੇਖੋ ਤ੍ਰਿਪਤ ਬਾਜਵਾ ਆਪਣੇ ਵੱਡੇ ਭਰਾ ਨੇ, ਮੇਰਾ ਉਹਨਾਂ ਨਾਲ ਕੋਈ ਡਿਸਪਿਊਟ ਨਹੀਂ। ਹੁਣ ਮੈਂ ਬਟਾਲੇ 'ਚ ਕੰਮ ਕਰ ਰਿਹਾ, ਇੰਨੇ ਸਾਲਾਂ ਤੋਂ ਕੰਮ ਕਰ ਰਿਹਾ, ਉਹਨਾਂ ਨੂੰ ਬਟਾਲਾ ਚੰਗਾ ਲੱਗਣਾ ਸ਼ੁਰੂ ਹੋ ਗਿਆ, ਉਹਨਾਂ ਨੇ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਔਰ ਕਿਹਾ ਕਿ ਮੁੱਖ ਮੰਤਰੀ ਨੇ ਡਿਊਟੀ ਲਾਈ ਹੈ, ਮੈਂ ਇਸ ਲਈ ਕਰ ਰਿਹਾ। ਜਿਹੜੇ ਪੈਸੇ ਅੰਮ੍ਰਿਤ ਸਕੀਮ ਦੇ ਮੈਂ ਸੈਂਕਸ਼ਨ ਕਰਵਾਏ ਸੀਗੇ ਪਿਛਲੇ ਜਦੋਂ ਮੈਂ MLA ਸੀਗਾ ਅਕਾਲੀ ਦਲ ਦੀ ਸਰਕਾਰ 'ਚ, ਉਹ ਪੈਸੇ ਮੈਂ ਸੈਂਕਸ਼ਨ ਕਰਵਾਏ ਸੀ ਅੰਮ੍ਰਿਤ ਸਕੀਮ ਦੇ, ਜਿਹੜਾ ਸੀਵਰਾਂ ਗਲੀਆਂ ਨਾਲੀਆਂ ਵਾਟਰ ਸਪਲਾਈ ਸਾਰਾ ਜਿਹੜਾ ਬਣਨਾ, ਇਹ 269 ਕਰੋੜ ਦੀ ਸਕੀਮ ਹੈ ਜਿਹ 'ਚੋਂ 141 ਕਰੋੜ ਹੁਣ ਰਿਲੀਜ਼ ਹੋਇਆ। ਉਹ ਪੈਸੇ ਲਗਵਾਏ ਬਾਜਵਾ ਸਾਹਿਬ ਨੇ ਆ ਕੇ ਇੱਥੇ ਆਪਣੀ ਮਰਜ਼ੀ ਨਾਲ, ਜਿਸ ਤਰ੍ਹਾਂ ਵੀ ਉਹਨਾਂ ਨੇ ਕੀਤਾ, ਔਰ ਫਿਰ ਉਸ ਤੋਂ ਬਾਅਦ ਜਦੋਂ ਪੈਸੇ ਕੈਪਟਨ ਅਮਰਿੰਦਰ ਸਿੰਘ ਜੀ ਉਰੇ ਆਏ, 550 ਸਾਲ ਦੇ ਪੈਸੇ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ 'ਤੇ ਦੇ ਕੇ ਇਹ ਗਏ ਨੇ ਉਰੇ, ਉਸ ਵੇਲੇ ਮੇਰਾ ਡਿਸਪਿਊਟ ਉਹਨਾਂ ਨਾਲ ਪਿਆ। ਮੈਨੂੰ ਕੋਈ, ਮੈਂ ਇਸ ਚੀਜ਼ ਨੂੰ ਮਾਇੰਡ ਨਹੀਂ ਕਰਦਾ ਕਿ ਮਿਨਿਸਟਰ ਹੈ ਉਹਨਾਂ ਰਾਈਟ ਬਣਦਾ, ਜਿੱਥੇ ਮਰਜ਼ੀ ਸਾਰੇ ਪੰਜਾਬ 'ਚ ਜਾ ਕੇ ਤਰੱਕੀ ਕਰਾ ਸਕਦਾ, ਡਿਵੈਲਪਮੈਂਟ ਕਰ ਸਕਦਾ, ਕਿਉਂਕਿ ਮੈਂ ਤਾਂ MLA ਨਹੀਂ ਸੀਗਾ। ਸੋ ਉਹਨਾਂ ਨੇ ਕਿਰਨਾ ਕਰਨਾ ਸ਼ੁਰੂ ਕੀਤਾ, ਪਰ ਜਿਹੜਾ ਮੇਰਾ ਡਿਸਪਿਊਟ ਪਿਆ ਇਸ ਚੀਜ਼ ਦਾ ਕਿ ਪੈਸੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਆਇਆ, ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਸੜਕਾਂ ਬਣਾ ਰਹੇ ਹੋ, ਓਪਨ ਖੇਤਾਂ 'ਚ ਪੁਲ ਬਣਵਾ ਰਹੇ ਹੋ, ਸੜਕਾਂ ਬਣਾ ਰਹੇ ਹੋ, ਠੀਕ ਹੈ, ਪਰ ਮੈਨੂੰ ਓਬਜੈਕਸ਼ਨ ਇਸ ਚੀਜ਼ ਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਤੁਸੀਂ ਕਿਉਂ ਨਹੀਂ ਕਰਦੇ, ਕਿ ਗੁਰੂ ਸਾਹਿਬ ਦੀ ਸ਼ਾਦੀ ਬਟਾਲੇ ਹੋਈ ਮਾਤਾ ਸੁਲੱਖਣੀ ਜੀ ਨਾਲ, ਤੁਸੀਂ ਉਹਨਾਂ ਦੇ ਨਾਂ ਦੀ ਕੋਈ ਯਾਦਗਾਰ ਜਾਂ ਕੋਈ ਨਵਾਂ ਪ੍ਰੋਜੈਕਟ ਜਾਂ ਨਵੀਂ ਕੋਈ ਸੜਕ ਜਾਂ ਕੋਈ ਨਵਾਂ ਕੁਛ ਨਾ ਕੁਛ ਤਾਂ ਨਵਾਂ ਬਣਨਾ ਚਾਹੀਦਾ ਹੈ ਗੁਰੂ ਸਾਹਿਬ ਦੇ ਨਾਂ ਦਾ, ਕੋਈ ਗੇਟ ਬਣਦਾ ਯਾਦਗਾਰੀ, 550 ਸਾਲ ਦਾ ਪੈਸਾ ਆਇਆ ਵਾ, ਤੁਸੀਂ ਪੈਸੇ ਆਪਣੇ ਲੋਕਾਂ ਨੂੰ ਓਬਲਾਈਜ਼ ਕਰਨ ਨੂੰ ਜਾਂ ਠੇਕੇਦਾਰਾਂ ਨੂੰ ਓਬਲਾਈਜ਼ ਕਰਨ ਨੂੰ ਜਾਂ ਜਿੱਥੇ ਜਿੱਥੇ ਖਰਚਦੇ ਹੋ, ਮੈਂ ਤਾਂ ਪਾਰਟੀ 'ਚ XML ਸੀਗਾ, ਉਹਨਾਂ ਨੇ ਮੇਰਾ ਡਿਸਪਿਊਟ ਉਹਨਾਂ ਨਾਲ ਇਸ ਚੀਜ਼ ਦਾ ਕਿ ਨੋ ਅਸੀਂ ਸ਼ਹਿਰ ਦੇ ਜਿਸ ਤਰ੍ਹਾਂ 40% ਤੋਂ ਵੱਧ ਲੋਕ ਸ਼ਹਿਰ ਦੇ ਜਿਹੜੇ ਚਾਰ ਦੁਆਰੀ ਦੇ ਅੰਦਰ ਰਹਿੰਦੇ ਨੇ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਕੰਧ ਸਾਹਿਬ, ਔਰ ਮਾਤਾ ਜੀ ਦਾ ਕਾਲੀ ਮਾਤਾ ਦਾ ਮੰਦਰ ਹੈ, ਇਹ ਪੁਰਾਤਨ ਸ਼ਹਿਰ ਜਿੱਥੇ ਕਿ ਗੁਰੂ ਸਾਹਿਬ ਦੇ ਚਰਨ ਪਏ, ਉਹਨਾਂ ਗਲੀਆਂ ਨੂੰ ਮੈਂ ਚਾਹੁੰਦਾ ਸੀ ਖੂਬਸੂਰਤ ਬਣਾਈਏ, ਜਿਸ ਤਰ੍ਹਾਂ ਕਿ ਹਰਿਮੰਦਰ ਸਾਹਿਬ ਦੇ ਆਸ ਪਾਸ ਬਾਦਲ ਸਾਹਿਬ ਨੇ, ਸੁਖਬੀਰ ਹੋਣਾ ਨੇ ਕੀਤਾ, ਕਿੰਨਾ ਖੂਬਸੂਰਤ ਬਣਿਆ, ਤੇ ਮੈਂ ਬਟਾਲਾ ਦਾ ਅੰਦਰੂਨ ਸਿਟੀ ਜਿਹੜਾ ਵਾ, ਜਿਹੜਾ ਚਾਰ ਦੁਆਰੀ ਦੇ ਅੰਦਰ ਆ, ਉਹਨੂੰ ਖੂਬਸੂਰਤ ਬਣਾਉਣਾ ਚਾਹੁੰਦਾ। ਉਹਨਾਂ ਨੇ ਨਹੀਂ ਕੀਤਾ ਤੇ ਡਿਸਪਿਊਟ ਪੈ ਗਿਆ, ਉਹਨਾਂ ਨੇ ਆਪਣੀ ਮਨ ਮਰਜ਼ੀ ਕੀਤੀ, ਧੱਕਾ ਕੀਤਾ ਬਟਾਲੇ ਨਾਲ, ਕੋਈ ਗੱਲ ਨੀ। ਚੰਨੀ ਸਾਹਿਬ ਨੇ ਮੈਨੂੰ ਕਰੀਬਨ 20-22 ਦਿਨ ਹੋਏ ਕਿਹਾ ਸੀਗਾ ਥੋੜੇ ਜਿਹੇ ਪੈਸੇ ਬਚੇ ਨੇ 70 ਲੱਖ ਰੁਪਈਆ, ਤੁਸੀਂ ਆਪਣੀ ਮਰਜ਼ੀ ਨਾਲ ਵਰਤ ਲਓ। ਤੋ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ, ਡੀਸੀ ਸਾਹਿਬ ਨੂੰ ਮੈਂ ਕਿਹਾ ਕਿ ਮੇਰਾ ਇਹ ਹੈ ਕਿ ਮੇਰੀ ਪ੍ਰਾਇਰਟੀ ਹੈ ਕਿ ਆਪਾਂ ਸ਼ਹਿਰ ਬਣਾਈਏ। ਸੋ ਮੈਂ ਦੱਸ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ 70 ਲੱਖ ਜਿਹੜਾ ਵਾ ਉਹ ਸ਼ਹਿਰ ਜਿੱਥੇ ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਰਾ ਸਾਹਿਬ,
काली माता का मंदिर पहला तो असी फेस फड़ ली उतो जो नालियां खत्म करके सारा कुछ अंडरग्राउंड करना और खूबसूरत टाइलां लानियां और खूबसूरत बनाना ये फेज वन वा चुनाव हो जाए लोग मैं मौका देन अगले 6 to 8 महीने बटाला शहर जो अंदरून सिटी है वो इस तरह लगेगा जिस तरह हरिमंदर साहब के आस पास है सारा खूबसूरत बनाना और ये मेरी प्रायोरिटी है कि जिथे गुरु साहब की शादी हुई वो यादगार रहनी चाहिए है ओनू उच्चा चुकना स्टेटस उच्चा चुकना चाहिए शहर का फिर ही बारो लोग इतने आएंगे की वड्डा कारण मंदे कारण तुसी दसता कि उन्होंने इतने विकास नहीं किया गा फंड भी आए गए ते होर वड्डा की कारण मंदे हो कि तरिंदर सिंह की बजाय तुहानू टिकट मिलनी चाहिए उन्होंने ना मिले उन्होंने विच की होर कमी लगती तुहानू नहीं देखो वो हमेशा ही फतेहगढ़ चूड़िया चुनाव लड़ते हैं मिनिस्टर रहे ने अज जंग लगी है किन्नियां पार्टियां ना तो जो साडा मंत्री ही अपनी अपना स्थान छड़ के अपनी कॉन्स्टिट्यूएंसी छड़ के दौड़ लेगा तो सारे ऑपोजिशन वाले कहेंगे देखो मंत्री दौड़ाता अपने हल्के चो वो तो उत्थे लड़ना चाहिए उन्होंने उन्होंने चुनाव उत्थे ही लड़ना चाहिए और लड़नगे भी उत्थों ही और जितनगे भी पर चर्चा है कि उन्होंने लगता है कि उत्थे उन्होंने विकास नहीं किया उस लैवल जिन्ना इधर नूं किया गया तो इस करके इधर नूं आना चाहते हैं कि इत्थों जित जाएंगे तो उधर हार ना मिले यार हुण मेरी गल सुनो मैं इस घर च रह रहा मेरा घर है छोटा माड़ा चंगा जो भी है ते बाहर लाको बंदा आ गया तेरे घर च वड़ जाना तो मैं वड़न दांगा की करोगे तुसी किवें रोकोगे 50 तरीके ने केड़े केड़े तरीके अपनाओगे ये दे समय आएगा दसांगे चोण मैदान दे विच उतरोगे तुसी मैं कित्थे तुहानू कहा मैं कांग्रेस वालों चोण लड़नी है मैं लड़ ही रहा जे कांग्रेस वालों टिकट नहीं मिलती जे सुनवाई नहीं हुंदी तुहाडी इस बारे उस तो बाद दा तुहाडा अगला स्टेप की हो सकता है तुहानू किन्ने कहा कांग्रेस वालों टिकट नहीं मिलती असीं उम्मीद करदे आ तुहानू टिकट मिले जिस तरीके नाल असीं भी आया लोकां दे तुसीं काम करवा रहे सीगे असीं ते उम्मीद करदे आ कि तुहानू टिकट मिले ये नहीं पर जिस तरीके नाल तुसीं खुद ही दस रहे हो कि ते लत्तां खिंचण वाले भी तुहाडे अपने बहुत हैगे ने जे कोई टंग अड़ाउंदा है सुनो गल मैं तुहानू साफ कह रहा कि मैं कांग्रेस पार्टी का एक वर्कर हाँ और कांग्रेस पार्टी मैनू टिकट दे रही है और मैं चुनाव लड़ांगा आ हुण अज लोहड़ी दे कार्ड सब नूं दित्ते ने ये भी तो कांग्रेस के नाम से दे रहे हैं सो मतलब यह है कि मैंने तो पूरी उम्मीद है कि मैं आम श्योर कि कांग्रेस मैं चुनाव लड़ा रही है और साढ़े जो प्रदेश अध्यक्ष ने सिद्धू साहब वो 15,000 बंदे दे विच पुछ के 30,000 हथ खड़े करा के कह गए कि कांग्रेस का कैंडिडेट अश्विनी सिकरी इतने होगा तो हम इस तो बाद मैं की कर सकता जे कि भुलेखा उन्होंने भुलेखा होना जरा मैंने तो कोई भुलेखा नहीं गा फिर भी जे धक्का होंगे तो भुलेखे दूर करोगे ਧੱਕਾ ਕਿਸ ਤਰ੍ਹਾਂ ਹੋ ਸਕਦਾ ਨਹੀਂ ਹੋਊਗਾ ਤੁਹਾਨੂੰ ਲੱਗਦਾ ਪੂਰੀ ਧੱਕਾ ਨਹੀਂ ਹੋਊਗਾ ਠੀਕ ਹੈ ਤੇ ਤੁਹਾਡੀ ਤਰਜੀਹਾਂ ਕੀ ਨੇ ਬਟਾਲਾ ਦੇ ਲਈ ਤੁਸੀਂ ਹੋਰ ਕੀ ਕੀ ਚਾਹੁੰਦੇ ਹੋ ਕਿ ਬਟਾਲਾ ਦੇ ਵਿੱਚ ਜੇ ਤੁਹਾਨੂੰ ਇੱਥੇ ਟਿਕਟ ਮਿਲਦੀ ਹੈ ਤੁਸੀਂ ਜਿੱਤਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਬਟਾਲਾ ਦਾ ਕਿਹੜਾ ਕਿਹੜਾ ਵਿਕਾਸ ਕਾਰਜ ਸਭ ਤੋਂ ਪਹਿਲ ਦੇ ਆਧਾਰ ਉੱਤੇ ਕਰਾਉਣਾ ਚਾਹੁੰਦੇ ਹੋ ਬਟਾਲਾ ਸ਼ਹਿਰ ਜਿਹਨੂੰ ਕਿ ਮੈਨਚੈਸਟਰ ਆਫ ਇੰਡੀਆ ਕਿਹਾ ਗਿਆ ਸੀ ਬਟਾਲਾ ਸ਼ਹਿਰ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ 538 ਸਾਲ ਪਹਿਲਾਂ ਤਕਰੀਬਨ ਹੋਈ ਇਹ ਸ਼ਹਿਰ ਦਾ ਆਪਣਾ ਸਟੇਟਸ ਸੀਗਾ प्राचीन शहर है हाँ जी कार्तिक स्वामी जी का मंदिर है इस धरती का पुराना स्टेटस जो वापस लैके आना एक तो मैं तुम दसिया ही है कि मैरिज डेस्टिनेशन ऑफ दी पंजाबी बटाला बनावांगे मतलब कि बटाले दे विच जिहड़े पंजाबी ने अपने बच्चों का मान बच्चों का विआह करते माण महसूस करनगे कि असीं उस स्थान ते विआह करनगे बच्चों का जिथे पहला आनंद कारज होया जिथे गुरु साहब की शादी साडे सिख धर्म दे पहले गुरु गुरु नानक देव जी उन्हां दी शादी हुई बटाले तो पहला आनंद कारज किथे होया बटाले ते एक दिन आएगा थोड़े सालां च कि पूरे पंजाब दे पूरे इंडिया दे पूरे वर्ल्ड च रहण वाले पंजाबी अपने बच्चों की शादी करन दा मान महसूस करनगे कि बटाले जाके करिए तो उहदे लई बटाले दा इंफ्रास्ट्रक्चर मैं बनावां ताकि इत्थे हजारां लोग बाहरों आण अपने बच्चों का विआह करन वास्ते साडे गुरुद्वारा पवित्र गुरुद्वारा जिथे जिथे लावा फेरे होए उथे आके वो शादी करन दूसरा तो उतना बिजनेस बढ़ेगा इलाके का इलाके की पॉपुलैरिटी होगी अज हरिमंदर साहब 50,000 तो बाद लोग रोज जा रहे ने ते आस पास दुकाना सारा अमृतसर वसदा उस सिर ते ते जे बटाले लोग आना शुरू होणगे ते बटाला भी वसेगा दूसरा इस इलाके च जिहड़ा घर घर बेरोजगारी है पिछड़ गया मेरा शहर असी इत्थे जो मैं इंडस्ट्री च काम करता सी ते 40,000 दे करीब लोग इत्थे रोज ही दिहाड़ी लगा आंदे सी फैक्ट्रियां च काम करदे सी अज 10,000 रह गए 20,000 लोग घर च बह गए सो मैं एक BHEL दा प्रोजेक्ट पास करवाया सी डॉक्टर मनमोहन सिंह जी कोलों भारत हैवी इलैक्ट्रिकल लिमिटेड दा
10,000 crore लगना सी इत्थे बटाले। सरकारां बदल गईयां, वड्डी इंडस्ट्री आएगी, चाहे रेलवे की आवे, चाहे डिफेंस की आवे, चाहे BHEL आवे, केंद्र सरकार का वड्डा कारखाना इत्थे लगेगा जिथे 25-30,000 लोगों नूं रोजगार मिलेगा और नाल ही जिहड़ी साडी एग्जिस्टिंग इंडस्ट्री है वह भी उहदे स्पेयर्स बनाएगी, इन्हां नूं भी काम मिलेगा ते उह च भी 20-25,000 लोग होर काम ते लगणगे। एक शुगर मिल बटाले च अगर मैनूं मौका दिंदे बटाले वाले लोग ते किसानां दी फसलां नूं चुकण वास्ते, पिछली बारी मैं इत्थे अमूल का प्लांट लैके आया, अज 30,000 फार्मर्स का फायदा हो रहा, उस उहनां दी आमदन डबल होगी। मैनूं मौका मिलेगा इस बार ते मैं फिर जिहड़ी एक शुगर मिल लैके आनी आ कादियां रोड ते, जिहदे नाल किसान दा गन्ना उचित रेट ते बिकेगा और नाल ओह इत्थे 1,000-2,000 लोगां नूं नौकरी मिलेगी। एक फूड प्रोसैसिंग जिहड़ी सब्जियां दी प्रोसैसिंग इंडस्ट्री है वह असीं लैके आनी आ धारीवाल दे कोल अपनी गुरदासपुर रोड ते, क्योंकि इह जिहड़े साडे पिंड ने इत्थे सब्जी ज़्यादा लगती है, अगर सब्जियां नूं पैकिंग दा यूनिट लग जाए तो इन्हां दी आमदन भी डबल हो जाएगी। सो ये कुछ उपराले ने जिहड़े कि मैं करना चाहना। बटाले दे नौजवानां नूं मैं ये गरंटी कर रहा, हुणे आपां इस चीज़ ते डिस्कशन कर रहे सी कि बटाले दे हर घर च जां ते नौकरी जाऊगी जां रोजगार जाऊगा ते जां माइक्रो इंडस्ट्री लवावांगा। ये अनदर थिंग आई एम इंट्रोड्यूसिंग कि जिहड़े साडे लोकी दुकानां ही खोली जा रहे ने, दुकानदार बच्चा वड्डा होया दुकान खोलती, उस तो घट पैसे च माइक्रो इंडस्ट्री लगेगी। और मेरे को 5-7 प्रोजेक्ट जड़े ने IIT तो IIM तो मैं वेट करा चुका जिथे बंदे दी आमदन जड़ी है 1,00,000 रुपया महीने तक बन सकती है। 10 लाख तक इन्वेस्टमेंट नाल 1,00,000 रुपया, 50,000 तो 1,00,000 रुपया महीना आमदन माइक्रो इंडस्ट्री तो हो सकती है। ਉਹ ਪ੍ਰੋਜੈਕਟ ਇਹਨਾਂ ਬੱਚਿਆਂ ਨੂੰ ਲਵਾ ਕੇ ਦੇਵਾਂਗੇ, ਜਿਹੜੇ ਲੋਕ ਇੰਟਰਸਟਿਡ ਹੋਣਗੇ ਮੈਂ ਕਰਾਵਾਂਗਾ। ਠੀਕ, ਉਮੀਦ ਕਰਦੇ ਹਾਂ ਕਿ ਜਿਹੜੇ ਚੀਜ਼ਾਂ ਤੁਸੀਂ ਸੋਚੀਆਂ ਨੇ ਬਟਾਲੇ ਦੇ ਵਿਕਾਸ ਵਾਸਤੇ ਉਹ ਤੁਸੀਂ ਪੂਰੀਆਂ ਕਰ ਪਾਓਗੇ, ਪਰ ਚਰਚਾਵਾਂ ਨੇ ਸੁਨੀਲ ਜਾਖੜ ਨੂੰ ਵੀ ਇੱਥੋਂ ਦੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਜੇ ਸੁਨੀਲ ਜਾਖੜ ਨੂੰ ਕਾਂਗਰਸ ਚੋਣ ਮੈਦਾਨ ਦੇ ਵਿੱਚ ਇੱਥੋਂ ਉਤਾਰਦੀ ਹੈ, ਤੁਸੀਂ ਸਾਥ ਦਿਓਗੇ ਉਹਨਾਂ ਦਾ? ਪਹਿਲਾਂ ਜਦੋਂ ਕਾਂਗਰਸ ਪਾਰਟੀ ਨੇ ਜਾਖੜ ਸਾਹਿਬ ਨੂੰ ਉਰੇ ਭੇਜਿਆ ਸੀਗਾ ਪਾਰਲੀਮੈਂਟ 'ਚ ਲੜਨ ਵਾਸਤੇ, ਤਾਂ ਮੈਂ ਉਹ 26,000 'ਤੇ ਆਪਾਂ ਬਟਾਲਾ 'ਚ ਉਤਾਰਿਆ ਸੀ। ਉਸ ਤੋਂ ਬਾਅਦ ਜਦੋਂ ਦੁਬਾਰਾ ਚੁਣਾਵ ਆਏ ਤੇ ਸਿਰਫ 900 ਵੋਟ ਦੇ ਉੱਤੇ ਜਾਖੜ ਸਾਹਿਬ ਬਟਾਲੇ ਤੋਂ ਰਹਿ ਗਏ ਸਨ, ਜਦਕਿ ਬਾਕੀ ਜਿਹੜੇ ਸ਼ਹਿਰ ਨੇ ਉੱਥੇ 40-50,000 ਵੋਟ ਖੜੀ ਸੀ ਤੇ ਮੇਰੀ ਵੋਟ ਜਾਖੜ ਸਾਹਿਬ ਦੇ ਵੇਲੇ 44,000 ਤੋਂ 54,000 ਹੋ ਗਈ ਸੀ, ਮੈਂ 10,000 ਵਧਾਈ ਸੀ। ਆਪਾਂ ਕਾਂਗਰਸ ਦੇ ਵਰਕਰ ਹਾਂ, ਕਾਂਗਰਸ ਦਾ ਕੰਮ ਕਰਾਂਗੇ, ਐਸੀ ਕੋਈ ਗੱਲ ਨਹੀਂ ਹੈਗੀ। ਚਰਚਾਵਾਂ ਇਹ ਵੀ ਨੇ ਕਿ BJP ਵੀ ਮਜ਼ਬੂਤ ਕੈਂਡੀਡੇਟ ਲੱਭ ਰਹੀ ਹੈ ਬਟਾਲੇ ਤੋਂ, ਸੰਪਰਕ ਕੀਤਾ ਉਹਨਾਂ ਨੇ ਕਿਸੇ ਨਾਲ ਤੁਹਾਡੇ? BJP ਕੋਲ ਤਾਂ ਬੜੇ ਕੈਂਡੀਡੇਟ ਨੇ, BJP ਕਿਸੇ ਨੂੰ ਵੀ ਖੜਾ ਕਰ ਸਕਦੀ, BJP ਕੋਲ ਬਹੁਤ ਕੈਂਡੀਡੇਟ ਨੇ। ਲੱਗਦਾ ਕਿ BJP ਇਹਨਾਂ ਚੋਣਾਂ ਦੇ ਵਿੱਚ ਸਰਕਾਰ ਬਣਾ ਪਾਊਗੀ, ਜਿਵੇਂ ਕਹਿ ਰਹੇ ਨੇ ਕਿ ਸਾਡੀ ਸਰਕਾਰ ਬਣੂਗੀ? ਅਗਰ ਮੇਰੇ ਵਰਗਾ ਛੋਟਾ ਜਿਹਾ ਬੰਦਾ ਜਿਹਦੇ ਕੋਲ ਕੋਈ ਅਹੁਦਾ ਵੀ ਨਹੀਂ ਹੈਗਾ, ਮੇਰੇ ਕੋਲ ਕਾਂਗਰਸ ਪਾਰਟੀ ਦਾ ਅਹੁਦਾ ਕੋਈ ਨਹੀਂ, ਤੇ 15,000 ਬੰਦਾ ਅਸੀਂ ਇੱਥੇ ਇਕੱਠਾ ਕਰ ਲਿਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਤੇ ਸਾਰੀ BJP ਕੀ ਕੀਤਾ ਮੈਨੂੰ ਤਾਂ ਸਮਝ ਨਹੀਂ ਲੱਗੀ। ਉੱਥੇ 750 ਵੀ ਨਹੀਂ ਸੀ ਹੈਗਾ, ਤੇ ਜੇ ਬਾਰਿਸ਼ ਦੀ ਗੱਲ ਕਰੋ ਤੇ ਬਾਰਿਸ਼ ਉਦਣ ਵੀ ਸੀ ਜਿੱਦਣ ਇੱਥੇ ਸਾਡੇ ਸਿੱਧੂ ਸਾਹਿਬ ਸਾਡੀ ਰੈਲੀ ਤੇ ਆਇਆ, ਮੀਂਹ ਤੇ ਪੈ ਹੀ ਰਿਹਾ ਸੀ ਪਰ ਫਿਰ ਵੀ ਰੈਲੀ ਹੋਈ। ਸੋ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਮੁਕਾਬਲਾ ਤੁਹਾਨੂੰ ਕੀ ਲੱਗਦਾ ਕਿ ਇਸ ਸਾਲ ਇਸ ਵਾਰ ਦਾ ਜਿਹੜਾ ਨਤੀਜੇ ਆਉਣਗੇ ਚੋਣ ਨਤੀਜੇ, ਤੇ 10 ਮਾਰਚ ਨੂੰ ਲੋਕ ਕਿਹੜੀ ਪਾਰਟੀ ਨੂੰ ਫਤਵਾ ਦੇਣਗੇ? ਦੇਖੋ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ, ਇਹ ਮੈਂ ਜੋ ਬੋਲਣ ਜਾ ਰਿਹਾ ਇਹ ਮੇਰੀ ਸਟੇਟਮੈਂਟ ਐਜ਼ ਏ ਕਾਂਗਰਸਮੈਨ ਨਹੀਂ ਹੈ, ਐਜ਼ ਏ ਪੰਜਾਬੀ ਮੈਂ ਸੋਚਦਾ ਹਾਂ ਕਿ ਇਸ ਵੇਲੇ ਸਮੇਂ ਆ ਗਿਆ ਕਿ ਰਾਈਟ ਕੈਂਡੀਡੇਟ ਚੁਣ ਕੇ ਭੇਜੀਏ। ਪਿਛਲੇ 30 ਸਾਲ ਜਿੰਨੀ ਵਾਰੀ ਵੀ ਮੈਂ ਵਿਧਾਨ ਸਭਾ ਜਾ ਕੇ ਦੇਖਣਾ, ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਆਪਸ ਚ ਲੜਦੇ ਰਹਿੰਦੇ ਨੇ, ਇੱਕ ਲੀਡਰ ਦੂਜੇ ਲੀਡਰ ਦੀ ਲੱਤ ਖਿੱਚਦਾ, ਦੂਸਰਾ ਉਹਦੀ ਖਿੱਚਦਾ, ਆਪਸ ਚ ਲੜ ਲੁੜ ਕੇ ਵਾਕ ਆਊਟ ਕਰਕੇ ਘਰਾਂ ਨੂੰ ਚਲੇ ਜਾਂਦੇ ਨੇ। ਜਿਹੜੇ ਮੁੱਦਿਆਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਯੂ ਵਿਲ ਬੀ ਸਰਪ੍ਰਾਈਜ਼ ਅੱਜ ਪੰਜਾਬ ਦੀ ਕੋਈ ਐਜੂਕੇਸ਼ਨ ਪਾਲਿਸੀ ਨਹੀਂ ਹੈ, ਅੱਜ ਪੰਜਾਬ ਦੀ ਕੋਈ ਇੰਪਲਾਇਮੈਂਟ ਪਾਲਿਸੀ ਨਹੀਂ ਹੈ। ਇਹ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਨੇ ਸ਼ਰਾਬ ਕਿੱਦਾਂ ਵਧਾਉਣਾ, ਰੈਵਨਿਊ ਕਿੱਦਾਂ ਵਧਾਉਣਾ, ਇੰਪਲਾਇਮੈਂਟ ਪਾਲਿਸੀ ਕਿੱਥੇ ਹੈ? ਪਰ ਤੁਸੀਂ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਹੋ। ਮੈਂ ਸਾਰੀਆਂ ਸਰਕਾਰਾਂ ਤੇ ਚੁੱਕ ਰਿਹਾ ਕਿ ਨੌਜਵਾਨ ਘਰਾਂ 'ਚ ਬੈਠੇ ਕੰਧਾਂ 'ਚ ਟੱਕਰਾਂ ਮਾਰਦੇ ਪਏ ਨੇ ਪੜ੍ਹ ਕੇ, ਤੇ ਸਾਡੀ ਸਟੇਟ ਵਿੱਚ ਇੰਪਲਾਇਮੈਂਟ ਪਾਲਿਸੀ ਕੋਈ ਨਹੀਂ, ਵਾਈ ਇਟ ਇਜ਼ ਸੋ? ਡਿਸਕਸ਼ਨ ਹੋਣੀ ਚਾਹੀਦੀ ਹੈ, ਮੀਨਿੰਗਫੁਲ ਬੰਦੇ ਚੁਣੇ ਜਾਣਗੇ, ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਉਣੀਆਂ ਜਿਹੜੇ ਲੋਕ ਲੋਕਾਂ ਦਾ ਦਰਦ ਕਰਦੇ ਨੇ, ਜਿਹੜੇ ਲੋਕ ਲੋਕਾਂ ਦੀ ਗੱਲ ਕਰਨਗੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਵੀ।
पार्टी लैवल तो उपर उठ के जिहड़े के पंजाब दी गल करनगे उही जितणगे। ठीक है जी, आखिरी सवाल मेरा, कांग्रेस तीन चेहरियां ते चोण लड़ रही, नवजोत सिंह सिद्धू, सीएम चरणजीत सिंह चन्नी ते सुनील जाखड़, जे तुहानूं टिकट मिलदी है तुसीं जितदे हो, तुसीं इन्हां तिन्नां दे विच्चों मुख्यमंत्री किहनूं देखणा पसंद करोगे? इलैक्शन तों बाद ही दस्सांगे जी। इलैक्शन तों बाद ही दस्सोगे? शुक्रिया गल्लबात करने तुहाडा जी। वेलकम। अश्विनी सेखड़ी जी, जिन्हां ने दस्सिया कि बटाले दा उह विकास करना चाहुंदे ने, पहला नाराजगी भी पार्टी के नाल जरूर आई है, वह कहते मैं लोगों के विचरदार हाँ, लोगों का साथ दिता, हर मोड़ के उत्ते मैं खड़ा होया, पर पार्टी उन्होंने नज़रअंदाज करती है। कांग्रेस ने हाले बटाले तो अपने पत्ते खोलने है, इन्हों पूरी उम्मीद है कि टिकट मिलेगी तो जितने, तो इतों के जोड़े विकास कार्ज अधूरे है उन्होंने पूरा करे, बटाले के नौकरियां लैके आएंगे, इतने इंडस्ट्री लैके आएंगे, उम्मीद करते हैं कि इतों जोड़ा भी कैंडिडेट जितूगा वह बटाले का विकास करेगा।